ਹਾਂ ਜੀ ਸਾਥ ਸ੍ਰੀਆ ਗਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਰਤਾ ਵੱਡਾ एलान ਹਰ ਸਾਲ 26 ਦਸੰਬਰ ਨੂੰ ਹੋਵੇਗਾ ਇਹ ਕੰਮ ਲੋਕਾਂ 'ਚ ਸ਼ਾਈ ਖੁਸ਼ੀ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤੋਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ हां जी प्रधानमंत्री नरेंद्र मोदी ਵੱਲੋਂ ਵੱਡਾ ਐਲਾਨ ਕੀਤਾ ਗਿਆ ਤੇ ਹਰ ਸਾਲ 26 ਦਸੰਬਰ ਨੂੰ ਇਹ ਕੰਮ ਕਰਨਾ ਹੋਏਗਾ ਜਿਸ ਨੂੰ ਸੁਣ ਕੇ ਲੋਕਾਂ ਵਿੱਚ ਖੁਸ਼ੀ ਦੇਖੀ ਜਾ ਰਹੀ ਹੈ। ਬੀਤੇ ਦਿਨ ਅੰਦਰ ਮੋਦੀ ਦੀ ਫਰੋਸਪੁਰ ਦੀ ਰੈਲੀ ਅਸਫਲ ਹੋਤੀ ਅਜ ਗੁਰਦੁਆਰਾ ਗੁਰਗੋਬੀ ਸਿੰਘ ਦੇ ਜਨਮ ਦਿਵਸ ਦੇ ਉੱਪਰ ਅੱਜ ਉਹ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਕੇ ਨਮਸਤਕ ਹੋਏ। ਉਥੇ ਉਹਨਾਂ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ। ਉਹਨਾਂ ਵੱਲੋਂ 26 ਦਸੰਬਰ ਨੂੰ ਬੀਰ ਬਾਲ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦਾ ਐਲਾਨ ਕੀਤਾ। ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਟਵੀਟ ਕਰਕੇ ਦਿੱਤੀ ਜਿੱਥੇ ਉਹਨਾਂ ਆਖਿਆ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਇਹ ਐਲਾਨ ਕਰਕੇ ਫਕਰ ਮਹਿਸੂਸ ਹੋ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਿਆਂ ਦੇ ਸਾਸ ਲਈ ਇੱਕ ਸਹੀ ਸ਼ਰਧਾਂਜਲੀ ਹੈ ਜਿੱਥੇ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਕੁਰਬਾਨੀ ਦੇ ਦਿੱਤੀ ਗਈ ਸੀ ਉੱਥੇ ਹਰ ਸਾਲ 26 ਦਸੰਬਰ ਦੇ ਦਿਨ ਨੂੰ ਹੁਣ ਵੀਰਬਾਲ ਦਿਵਸ ਉਹ ਜੋ ਮਨਾਇਆ ਜਾਏਗਾ ਉੱਥੇ ਉਹਨਾਂ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਨੂੰ ਆਕੇ ਗੁਰਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੱਬਰ ਅੱਗੇ ਨਹੀਂ ਚੁੱਕੇ ਅਤੇ ਸ਼ਹਾਦਤ ਦਿੱਤੀ ਕਿ ਜਿਸਕਾਰ ਨੂੰ ਸਭ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਦੇ ਨੇ ਤੇ ਇਸ ਦਿਨ ਦੇ ਐਲਾਨ ਨੂੰ ਲੈ ਕੇ ਸਿੱਖਾਂ ਦੇ ਵਿੱਚ ਖੁਸ਼ੀ ਦੇਖੀ ਜਾ ਰਹੀ ਹੈ ਕਬਨੋ ਲਾਸਕ ਦੇਖਣ ਲਈ ਤੁਹਾਡਾ